ਦੇ ਤੇ ਮੈਂ ਬੰਦੇ ਨੂੰ ਬੇਲਦਾਰ ਨੂੰ ਜਿਹੜਾ ਸਾਡਾ ਸਹਿਯੋਗ ਹੈਗਾ ਉੱਥੇ ਗਿਆ ਅੱਜ ਬੜੀ ਕ੍ਰਿਟੀਕਲ ਸਿਚੁਏਸ਼ਨ ਪਿੰਡ ਨਾਨੇਵਾਲ ਦੀ ਬਣੀ ਹੈ ਜੀ। ਬੇਸਿਕਲੀ ਜਿਹੜਾ ਸਾਰਾ ਸਤਲੁਜ ਹੈ 1,00,000 ਕਿਊਸਿਕ ਟਨ ਜਿਹੜਾ ਪਾਣੀ ਹੈ ਜੀ ਜੀ ਉਹ ਚੱਲ ਸਕਦਾ ਜੀ ਜੀ, ਅਤੇ ਪਿੱਛੋਂ 2,50,000 ਜਿਹੜਾ ਉਹ ਹੋ ਗਿਆ ਜੀ। ਅਤੇ ਸਭ ਨੂੰ ਜ਼ਿਆਦਾ ਇਫੈਕਟ ਇਸ ਏਰੀਏ 'ਤੇ ਹੋ ਰਿਹਾ ਵੀ ਸਿੱਧਾ ਡਾਇਰੈਕਟ ਪਾਣੀ ਆ ਕੇ ਇਸ ਬੰਨ ਨੂੰ ਇਫੈਕਟ ਕਰ ਰਿਹਾ ਜੀ ਸਰ ਇੱਥੇ ਲੱਗੇ ਜੀ। 2-3 ਪ੍ਰੋਬਲਮਸ ਆਉਂਦੀਆਂ ਵਾ, 2-3 ਗੱਲਾਂ ਹੈਗੀਆਂ ਵਾ, ਇਹ ਕਿਉਂ ਇੱਥੇ ਆ ਰਿਹਾ ਜੀ ਜੀ, ਪਿੱਛੇ ਕਿਉਂ ਨਹੀਂ ਬੰਨ ਨੂੰ ਵੱਜ ਰਿਹਾ, ਇੱਥੇ ਕਿਉਂ ਵੱਜ ਰਿਹਾ। ਤੁਸੀਂ ਦੇਖ ਸਕਦੇ ਇੱਥੋਂ 100 ਮੀਟਰ 'ਤੇ ਇੱਕ ਇਲੀਗਲ ਪੰਡ ਚੱਲਦੀ ਸੀ ਓਕੇ ਜੀ, ਅਤੇ ਫਰੋਮ ਲਾਸਟ 2-3 ਈਅਰਸ ਉਹ ਚੱਲਦੀ ਹੈ ਜੀ, ਅਤੇ ਉੱਥੇ ਕੰਡਾ ਵੀ ਲੱਗਿਆ 100 ਮੀਟਰ ਜੀ ਜੀ। ਉਹ ਇਲੀਗਲ ਖੱਡ ਜਿਹੜੀ ਆ ਉਹ 100 ਏਕੜ 'ਚ ਰੇਤਾਂ ਉਹਨਾਂ ਨੇ ਕੱਢੀ ਓਕੇ ਜੀ, ਅਤੇ ਉਹਦਾ ਵੱਡਾ ਇਹ ਕਾਰਨ ਹੈ ਵੀ ਜਿਹੜੀ ਢਲਾਨ ਹੈ ਇਹ ਸਿੱਧੀ ਬੰਨ ਵੱਲੋਂ ਆ ਗਈ ਜੀ, ਅਤੇ ਤਾਂ ਕਰਕੇ ਪਾਣੀ ਸਿੱਧਾ ਜਾ ਕੇ ਇਸ ਬੰਨ ਨੂੰ ਇਫੈਕਟ ਕਰ ਰਿਹਾ ਜੀ 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 ਜੀ। ਅਤੇ ਇਹ ਭਾਅ ਜੀ ਹੋਰ ਵੀ ਪਾਣੀ ਵਧਣ ਦਾ ਕੋਈ ਹੈਗਾ ਇੱਥੇ ਹੁਣ? ਬਿਲਕੁਲ 10 ਵਜੇ ਤੱਕ ਪਾਣੀ ਹੋਰ ਵੱਧ ਸਕਦਾ ਜੀ ਜੀ, ਪਾਣੀ ਬੜਾ ਹਾਈ ਅਲਰਟ 'ਤੇ ਕੀਤਾ ਹੋਇਆ ਜੀ ਜੀ ਪਿੰਡ ਵਾਲਿਆਂ ਨੂੰ ਪ੍ਰਸ਼ਾਸਨ ਨੂੰ, ਪਰ ਉਹਦੇ ਕੋਈ ਪੁਖਤਾ ਇੰਤਜ਼ਾਮ ਜਿਹੜੇ ਨੇ ਪ੍ਰਸ਼ਾਸਨ ਨੂੰ ਕਰਨੇ ਚਾਹੀਦੇ ਸੀ ਜਾਂ ਮੰਗਣੇ ਸੀ ਕਿਤੇ ਜੀ। ਓਕੇ ਓਕੇ ਓਕੇ। ਆਪਣੇ ਸ਼ਾਹਕੋਟ ਏਰੀਏ ਦਾ ਤਕਰੀਬਨ 55-60 ਕਿਲੋਮੀਟਰ ਏਰੀਆ ਜਿਹੜਾ ਵਾ ਇਸ ਦਰਿਆ ਦੇ ਨਾਲ ਨਾਲ ਚੱਲ ਰਿਹਾ, ਅਤੇ ਉਹ 55-60 ਕਿਲੋਮੀਟਰ ਏਰੀਏ ਦੇ ਵਿੱਚ ਇਹਨਾਂ ਨੇ 63 ਪਿੰਡਾਂ ਨੂੰ ਅਲਟੀਮੇਟਮ ਦਿੱਤਾ ਕਿ 63 ਪਿੰਡਾਂ 'ਚ ਜਿਹੜਾ ਉਹ ਪਾਣੀ ਆ ਸਕਦਾ ਜੀ। ਪਰ ਗੱਲ 63 ਪਿੰਡਾਂ ਦੀ ਨਹੀਂ, ਗੱਲ ਇਹ ਹੈ ਵੀ ਗੱਲ 163 ਪਿੰਡਾਂ 'ਚ ਪਾਣੀ ਆਊਗਾ। ਜੇ ਆ ਪਿੰਡ ਦਾਨੇਵਾਲ 'ਚ ਆ ਗਿਆ ਤਾਂ ਇਹ ਤੋਂ ਅੱਗੇ ਜਿਹੜਾ ਪਿੰਡ ਆਉਂਦਾ, ਪਰਜੀਆਂ ਆਉਂਦਾ, ਬੱਗਾ ਆਉਂਦਾ, ਉੱਥੇ ਵੀ ਪਾਣੀ ਜਾਊਗਾ। ਇਹ ਪਾਣੀ ਰੁਕਣ ਵਾਲਾ ਨਹੀਂ ਹੈ, ਪ੍ਰਸ਼ਾਸਨ ਦੀ ਸਰਕਾਰ ਦੀ ਇਹ ਨਲਾਇਕੀ ਹੈ। ਇਹਨਾਂ ਨੂੰ ਪਤਾ ਹੋਣ ਦੇ ਬਾਵਜੂਦ ਵੀ ਇੱਥੇ ਕੋਈ ਪੁਖਤਾ ਕਦਮ ਨਹੀਂ ਚੱਕੇ ਗਏ। ਆਪਣੇ 63 ਪਿੰਡਾਂ ਵਾਸਤੇ ਸਿਰਫ ਸਰਕਾਰ ਨੇ 10 ਸੈਂਟਰ ਬਣਾਏ ਨੇ। 10 ਸੈਂਟਰ 63 ਪਿੰਡਾਂ ਦੀ ਆਬਾਦੀ ਨੂੰ ਕਿਵੇਂ ਚੱਲ ਸਕਦੇ ਨੇ? ਅਤੇ ਇੱਥੋਂ ਸਾਫ਼ ਸਾਬਤ ਹੁੰਦਾ ਕਿ ਜਿਹੜਾ ਪ੍ਰਸ਼ਾਸਨ ਹੈ ਉਹ ਪੁਖਤਾ ਇੰਤਜ਼ਾਮ, ਪੁਖਤਾ ਕਦਮ ਇਸ ਸਥਿਤੀ ਨਾਲ ਨਜਿੱਠਣ ਵਾਸਤੇ ਨਹੀਂ ਚੱਕ ਸਕਿਆ। ਅਤੇ ਜਿੱਥੋਂ ਦੀ ਗੱਲ ਹੈਗੀ ਹੈ ਮਾਈਨਿੰਗ ਦੀ, ਸਾਰਾ ਹੈਗਾ ਇਹ ਤਾਂ ਕੋਈ ਇੰਤਜ਼ਾਮ ਲੋਕਾਂ ਨੂੰ ਲੈ ਕੇ ਜਾਣ ਵਾਸਤੇ ਲੋਕ ਆਪਣੇ ਘਰਾਂ ਨੂੰ ਛੱਡਣ ਨੂੰ ਤਿਆਰ ਨਹੀਂ। ਇਹ ਵੀ ਵੱਡਾ ਸਵਾਲ ਹੈ ਵੀ ਕਿਉਂ ਛੱਡਣ ਨੂੰ ਤਿਆਰ ਨਹੀਂ? ਜੀ ਜੀ, ਲੋਕ ਕਹਿੰਦੇ ਨੇ ਅਸੀਂ ਚਲੇ ਜਾਵਾਂਗੇ ਜੀ, ਸਾਡਾ ਮਾਲ ਡੰਗਰ ਪਸ਼ੂ ਉਹ ਕਿਵੇਂ ਲੈ ਕੇ ਜਾਣਗੇ, ਸਮਾਨ ਕਿਵੇਂ ਲੈ ਕੇ, ਇੰਤਜ਼ਾਮ ਜਿਹੜੇ ਨੇ। ਇਸ ਕਰਕੇ ਸਿਚੁਏਸ਼ਨ ਬੜੀ ਕ੍ਰਿਟੀਕਲ ਬਣੀ ਹੈ, ਜਿੱਥੇ ਇਹ ਪ੍ਰਸ਼ਾਸਨ ਦੀ ਨਲਾਇਕੀ ਹੈ, ਉੱਥੇ ਸਰਕਾਰ ਦੀ ਵੀ ਵੱਡੀ ਨਲਾਇਕੀ ਹੈ। ਉੱਥੇ ਆ ਜਿਹੜੇ ਇੱਥੇ ਸਟੱਡ ਲੱਗੇ ਹੋਏ ਨੇ ਜੀ ਜੀ ਜੀ, ਇਹ ਅੱਜ ਤੋਂ 10 ਸਾਲ ਪਹਿਲਾਂ ਦੇ ਸਟੱਡ ਲੱਗੇ ਹੋਏ ਨੇ। ਪਹਿਲਾਂ ਵੀ ਸਿਚੁਏਸ਼ਨਸ ਬੜੀਆਂ ਕ੍ਰਿਟੀਕਲ ਹੋਈਆਂ, ਪਰ ਆਹ ਜਿਹੜੀ ਸਿਚੁਏਸ਼ਨ ਹੈ ਇਹ ਪੁਖਤਾ ਇੰਤਜ਼ਾਮ ਨਾ ਹੋਣ ਕਾਰਨ, ਇਹ ਸਟੱਡਸ ਦੀ ਮੁਰੰਮਤ ਨਾ ਹੋਣ ਕਾਰਨ, ਨਵੇਂ ਸਟੱਡਸ ਨਾ ਲੱਗਣ ਕਾਰਨ ਇਹ ਸਿਚੁਏਸ਼ਨ ਬਣੀ ਹੈ, ਠੀਕ ਹੈ ਜਿਹਦੀ ਸਿੱਧੇ ਤੌਰ 'ਤੇ ਜਿਹੜਾ ਪ੍ਰਸ਼ਾਸਨ ਜਿਹੜਾ ਜੁੜਿਆ। ਠੀਕ ਹੈ, ਥੈਂਕ ਯੂ।